ਸਤਿ ਸ਼੍ਰੀ ਅਕਾਲ ਸਟੂਡੈਂਟਸ, ਪਾਵਰ 2 ਜਿਹੜਾ ਆਪਣਾ ਸਬਜੈਕਟ ਉਹਦੇ ਵਿੱਚ ਅੱਜ ਜਿਹੜਾ ਆਪਾਂ ਟੌਪਿਕ ਸਟੱਡੀ ਕਰਨਾ ਉਹਦਾ ਨਾਮ ਹੈ ਡਿਸਟੈਂਸ ਟਾਈਪ ਇੰਪੀਡੈਂਸ ਰਿਲੇ। ਸੋ ਡਿਸਟੈਂਸ ਟਾਈਪ, ਡਿਸਟੈਂਸ ਤੋਂ ਕੀ ਆਪਾਂ ਸਮਝਦੇ ਹਾਂ? ਦੂਰੀ। ਸੋ ਇੱਕ ਇੰਪੀਡੈਂਸ ਰਿਲੇ ਹੁੰਦੀ ਹੈ, ਇਹ ਜਿਹੜੀ ਰਿਲੇ ਹੁੰਦੀ ਹੈ ਇਹ ਇੰਪੀਡੈਂਸ ਦੇ ਜਿਹੜਾ ਫੈਨੋਮੀਨਾ ਹੁੰਦਾ ਇੰਪੀਡੈਂਸ ਦੇ ਫੈਨੋਮੀਨੇ 'ਤੇ ਕੰਮ ਕਰਦੀ ਹੈ, ਜਿਹਨੂੰ ਜ਼ੈਡ ਨਾਲ ਤੁਸੀਂ ਡੋਨੇਟ ਕਰਦੇ ਹੋ। ਇੰਟਰਨਲ ਇੰਪੀਡੈਂਸ ਜਾਂ ਇੰਟਰਨਲ ਰੈਜ਼ਿਸਟੈਂਸ ਜਿਹੜੀ ਹੁੰਦੀ ਉਹਨੂੰ ਆਪਾਂ ਇੰਪੀਡੈਂਸ ਕਹਿ ਦਿੰਦੇ ਹਾਂ। ਸੋ ਉਹਦੇ ਉੱਪਰ ਇਹ ਕੰਮ ਕਰਦੀ ਹੈ ਰਿਲੇ, ਅਤੇ ਆਪਾਂ ਨੂੰ ਇੱਥੋਂ ਕੀ ਹੈ ਇੱਕ ਫੋਲਟ ਦਾ ਜਿਹੜਾ ਆ ਲੋਕੇਸ਼ਨ ਜਾਂ ਡਿਸਟੈਂਸ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਵੀ ਇੰਨੇ ਪਰਟੀਕੁਲਰ ਏਰੀਆ ਜਿਹੜਾ ਇਹਦੇ ਵਿੱਚ ਫੋਲਟ ਹੋਊਗਾ। ਸੋ ਟੋਟਲ ਇੰਪੀਡੈਂਸ ਆਪਾਂ ਨੂੰ ਨੋਨ ਹੁੰਦੀ ਹੈ ਅਤੇ ਆਪਾਂ ਫੋਲਟ ਦੀ ਇੰਪੀਡੈਂਸ ਫਾਇੰਡ ਆਊਟ ਕਰਕੇ ਅਤੇ ਈਜ਼ੀਲੀ ਜਿਹੜਾ ਆਈਡੀਆ ਲਗਾ ਸਕਦਾ ਕਿ ਕਿੰਨੇ ਏਰੀਏ ਦੇ ਵਿੱਚ ਮੇਰੇ ਕੋਲ ਜਿਹੜਾ ਆ ਉਹ ਫੋਲਟ ਆ, ਕਿਸ ਏਰੀਏ 'ਚ ਫੋਲਟ ਆ। ਸੋ ਪ੍ਰਿੰਸੀਪਲ ਆ ਡਾਇਗਰਾਮ ਜਿਹੜਾ ਹੁੰਦਾ, ਦੇਖੋ ਆ ਡਾਇਗਰਾਮ ਇਹਦਾ, ਇਹਦੇ ਵਿੱਚ ਕੀ ਹੋ ਰਿਹਾ, ਇੱਕ ਮੇਰੇ ਕੋਲ ਪੋਟੈਂਸ਼ੀਅਲ ਕੋਇਲ ਦੀ ਕੋਰ ਹੁੰਦੀ ਹੈ, ਇੱਕ ਮੇਰੇ ਕੋਲ ਕੀ ਹੁੰਦੀ ਹੈ ਕਰੰਟ ਕੋਇਲ ਦੀ ਜਿਹੜੀ ਹੁੰਦੀ ਹੈ ਕੋਰ ਹੁੰਦੀ ਆ। ਸੋ ਪੋਟੈਂਸ਼ੀਅਲ ਕੋਇਲ ਦੀ ਕੋਰ ਪੀ ਟੀ ਤੋਂ ਆਊਗੀ ਅਤੇ ਦੂਸਰੀ ਜਿਹੜੀ ਹੈ ਸੀ ਟੀ ਤੋਂ ਆਊਗੀ, ਉੱਪਰ ਇੱਕ ਬੀਮ ਹੁੰਦਾ। ਸੋ ਜਦੋਂ ਵੀ ਪੀ ਟੀ ਤੋਂ ਇੱਧਰੋਂ ਕਰੰਟ ਆਊਗਾ ਇੱਧਰਲੇ ਪਾਸੇ ਟਿਲਡ ਹੋਊਗੀ, ਅਤੇ ਸੀ ਟੀ ਤੋਂ ਜੇ ਜ਼ਿਆਦਾ ਕਰੰਟ ਆਇਆ ਤਾਂ ਇੱਧਰਲੇ ਪਾਸੇ ਮੈਗਨੇਟ ਜ਼ਿਆਦਾ ਪਾਉਣਾ ਅਤੇ ਇਹਨੇ ਇੱਧਰ ਨੂੰ ਜਿਹੜਾ ਇੱਕ ਤਰ੍ਹਾਂ ਕਹਿ ਲਓ ਸੀ ਸੋ ਬਣਿਆ ਹੋਇਆ, ਉੱਪਰਲੇ ਜਿਹੜਾ ਬੀਮ ਆ ਨਾ ਤੁਹਾਡੇ ਕੋਲ ਸੀ ਸੋ ਆ, ਜਿਹੜਾ ਸੈਂਟਰ 'ਚੋਂ ਪਿਵਟਡ ਆ, ਸੈਂਟਰ 'ਚੋਂ ਕੀ ਆ ਇਹ ਪਿਵਟਡ ਆ। ਜਦੋਂ ਤੱਕ ਇਹ ਪੀ ਟੀ ਦੇ ਨਾਲ ਜੁੜਿਆ ਉਦੋਂ ਤੱਕ ਜਿਹੜੇ ਟ੍ਰਿਪ ਕੰਟੈਕਟ ਤੋਂ ਆਹ ਵਾਲੀ ਕੋਇਲ ਜਿਹੜੀ ਹੈ ਦੂਰ ਰਹਿਣੀ ਆ, ਅਤੇ ਜਦੋਂ ਵੀ ਆਪਣੇ ਕੋਲ ਜਿਹੜਾ ਫੋਲਟ ਆ ਗਿਆ ਤਾਂ ਸੀ ਟੀ ਦੇ ਪਾਸੇ ਮੈਗਨੈਟਿਕ ਫੀਲਡ ਵੱਧ ਜਾਣਾ ਅਤੇ ਇਹਨੇ ਸੀ ਟੀ ਵਾਲੇ ਪਾਸੇ ਨੂੰ ਝੁਕ ਜਾਣਾ ਅਤੇ ਆਪਣੇ ਕੋਲ ਟ੍ਰਿਪ ਸਰਕਟ ਜਿਹੜਾ ਹੈ ਜੁੜ ਜਾਣਾ। ਸੋ ਸੀ ਸੋ 'ਚ ਵੀ ਦੇਖਿਆ ਹੋਗਾ ਜਿੱਧਰਲੀ ਸਾਈਡ 'ਤੇ ਵੇਟ ਜ਼ਿਆਦਾ ਹੁੰਦਾ ਉੱਧਰਲੇ ਪਾਸੇ ਥੱਲੇ ਹੁੰਦਾ ਸੀ ਸੋ, ਜਿਹਦਾ ਵੇਟ ਘੱਟ ਹੋਵੇ ਉੱਧਰਲੇ ਪਾਸੇ ਚੱਕ ਹੋ ਜਾਂਦਾ। ਸੋ ਸੇਮ ਹੀ ਇਹਦੇ ਵਿੱਚ ਫੋਰਸ ਜਿਹੜੀ ਹੁੰਦੀ ਪੀ ਟੀ ਸੀ ਟੀ 'ਤੇ ਅਲੱਗ ਅਲੱਗ ਲੱਗਦੀ ਆ। ਸੋ ਮੇਨ ਵਰਕਿੰਗ ਕੰਡੀਸ਼ਨ ਇਹਦੀ ਕਿੱਦਾਂ ਹੁੰਦੀ ਆ, ਆਹ ਡਾਇਗਰਾਮ ਤੁਸੀਂ ਇੱਧਰ ਵੀ ਦੇਖ ਲਓ ਪਹਿਲਾਂ। ਸੋ ਇਹਦੇ ਵਿੱਚ ਆਹ ਦੇਖੋ ਇੱਕ ਸੀ ਟੀ ਲੱਗਾ ਹੋਇਆ, ਠੀਕ ਆ, ਸੀ ਟੀ ਦੀ ਆਊਟਪੁੱਟ ਜਿਹੜੀ ਆ ਆ ਇੱਥੇ ਆਉਂਦੀ ਆ, ਉਸ ਤੋਂ ਬਾਅਦ ਪੀ ਟੀ ਅਤੇ ਪੀ ਟੀ ਦੀ ਆਊਟਪੁੱਟ ਜਿਹੜੀ ਆ ਇੱਧਰ ਆ ਰਹੀ ਆ, ਠੀਕ ਆ। ਅਤੇ ਆਹ ਮੇਰੇ ਕੋਲ ਕੀ ਆ ਟ੍ਰਾਂਸਮਿਸ਼ਨ ਲਾਈਨ ਆ, ਇੱਕ ਪਰਟੀਕੁਲਰ ਸੈਕਸ਼ਨ ਜਿਹੜਾ ਏ ਤੋਂ ਲੈ ਕੇ ਬੀ ਸੈਕਸ਼ਨ ਤੱਕ, ਇਹ ਮੰਨ ਲਓ ਏ ਸਬ ਸਟੇਸ਼ਨ ਆ ਅਤੇ ਬੀ ਸਬ ਸਟੇਸ਼ਨ ਆ, ਠੀਕ ਆ। ਇਹਨਾਂ ਦੀ ਇਹਦੇ ਵਿੱਚ ਜਿਹੜੀ ਇੰਪੀਡੈਂਸ ਆ ਟੋਟਲ ਮੈਨੂੰ 9 ਦਾ, ਅਤੇ ਉਹ ਇੰਪੀਡੈਂਸ ਕੀ ਆ ਮੇਰੇ ਕੋਲ, ਉਹ ਇੰਪੀਡੈਂਸ ਹੈਗੀ ਆ ਮੇਰੇ ਕੋਲ ਜ਼ੈਡ, ਠੀਕ ਆ। ਸੋ ਇਹ ਜ਼ੈਡ ਨਾਲ ਕੰਪੇਅਰ ਕਰਕੇ ਆਪਾਂ ਜਿਹੜਾ ਆ ਜ਼ੈਡ ਐਫ ਨੂੰ ਫਾਇੰਡ ਆਊਟ ਕਰ ਲੈਂਦੇ ਹਾਂ ਕਿ ਟੋਟਲ ਇੰਪੀਡੈਂਸ ਇੰਨੀ ਆ, ਇੰਪੀਡੈਂਸ ਰਿਲੇਜ ਇੰਪੀਡੈਂਸ ਇੰਨੀ ਆਈ ਆ, ਅਤੇ ਆਪਣਾ ਫੋਲਟ ਜਿਹੜਾ ਆ ਉਹ ਕਿਸ ਲੋਕੇਸ਼ਨ ਦੇ ਉੱਪਰ ਹੋਊਗਾ, ਠੀਕ ਹੈ। ਸੋ ਪ੍ਰਿੰਸੀਪਲ ਦੀ ਜੇ ਮੈਂ ਗੱਲ ਕਰਾਂ ਤਾਂ ਨੋਰਮਲ ਓਪਰੇਟਿੰਗ ਕੰਡੀਸ਼ਨ 'ਚ ਕੀ ਹੁੰਦਾ, ਜਿਹੜੀ ਲਾਈਨ ਵੋਲਟੇਜ ਹੁੰਦੀ ਆ ਉਹਦੀ ਵੈਲਿਊ ਜਿਹੜੀ ਹੁੰਦੀ ਕਰੰਟ ਤੋਂ ਜ਼ਿਆਦਾ ਹੁੰਦੀ ਹੈ, ਠੀਕ ਆ। ਯਾਨੀ ਕਿ ਲਾਈਨ ਵੋਲਟੇਜ ਕੀ ਹੁੰਦੀ ਆ, ਜ਼ਿਆਦਾ ਹੁੰਦੀ ਆ ਕਰੰਟ ਤੋਂ। ਓਬਵੀਅਸਲੀ ਗੱਲ, ਤੁਸੀਂ ਆਪਣੇ ਘਰਾਂ 'ਚ ਵੀ ਦੇਖੋ ਵੋਲਟੇਜ ਕਿੰਨੀ ਆਉਂਦੀ ਹੁੰਦੀ ਆ, 230 ਜਾਂ 240 ਵੋਲਟ ਆਉਂਦੀ ਹੁੰਦੀ ਆ, ਅਤੇ ਕਰੰਟ ਜਿਹੜਾ ਹੁੰਦਾ ਉਹ 6 ਹੋਜੂਗਾ, 7 ਐਂਪੀਅਰ ਹੋਜੂਗਾ, ਠੀਕ ਆ, ਜਾਂ 10 ਐਂਪੀਅਰ ਹੋਜੂਗਾ, 12 ਐਂਪੀਅਰ ਹੋਜੂਗਾ ਸਿੰਗਲ ਫੇਸ ਦੇ ਵਿੱਚ, ਇੰਨਾ ਹੀ ਕਰੰਟ ਨੋਰਮਲੀ ਆਪਣੇ ਘਰਾਂ ਦੇ ਵਿੱਚ ਹੁੰਦਾ, ਇਸ ਤੋਂ ਜ਼ਿਆਦਾ ਨਹੀਂ ਹੁੰਦਾ। 2 ਏ ਸੀ ਵੀ ਚੱਲਦੇ ਹੋਣ ਤਾਂ ਵੀ ਤੁਹਾਡਾ 12 ਐਂਪੀਅਰ ਕਰੰਟ ਹੁੰਦਾ, ਠੀਕ ਆ। ਤੋ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਜਦੋਂ ਵੀ ਫੋਲਟ ਅਕਰ ਹੁੰਦਾ ਤਾਂ ਜਿਹੜਾ ਮੈਗਨੀਟਿਊਡ ਵੋਲਟੇਜ ਦਾ ਹੁੰਦਾ ਉਹ ਘੱਟ ਜਾਂਦਾ ਅਤੇ ਕਰੰਟ ਦਾ ਵੱਧ ਜਾਂਦਾ, ਠੀਕ ਆ, ਕਿਉਂਕਿ ਉਸ ਟਾਈਮ 'ਤੇ ਕੀ ਹੁੰਦਾ, ਕਰੰਟ ਦੀ ਵੈਲਿਊ ਬਹੁਤ ਜ਼ਿਆਦਾ ਹੋ ਜਾਂਦੀ ਆ। ਸੋ ਕਰੰਟ ਦੀ ਵੈਲਿਊ ਬਹੁਤ ਜ਼ਿਆਦਾ ਹੋ ਜਾਂਦੀ ਜਦੋਂ ਟ੍ਰਾਂਸਫਾਰਮਰ ਤੱਕ ਪਹੁੰਚਦੀ ਆ, ਤਾਂ ਜਿੱਥੇ ਕਰੰਟ ਦੀ ਵੈਲਿਊ ਜ਼ਿਆਦਾ ਹੁੰਦੀ ਉੱਥੇ ਵੋਲਟੇਜ ਆਟੋਮੈਟਿਕਲੀ ਹੁੰਦਾ ਡਾਊਨ ਹੋ ਜਾਂਦੀ, ਲੈਸ ਹੋ ਜਾਂਦੀ, ਠੀਕ ਆ। ਸੋ ਇਸੇ ਫਿਨੋਮੀਨਾ ਦੇ ਉੱਪਰ ਜਿਹੜੀ ਇਹ ਹੁੰਦੀ ਆ ਮੇਰੀ ਰਿਲੇ ਕੰਮ ਕਰਦੀ। ਸੋ ਲਾਈਨ ਕਰੰਟ ਕਿੰਨਾ, ਇਨਵਰਸਲੀ ਪ੍ਰੋਪੋਰਸ਼ਨਲ ਹੁੰਦਾ ਇੰਪੀਡੈਂਸ ਆਫ ਦਾ ਲਾਈਨ 'ਤੇ, ਜਿੰਨਾ ਮਤਲਬ ਕਿ ਘੱਟ ਲਾਈਨ ਕਰੰਟ ਹੋਊਗਾ ਉਨੀ ਜ਼ਿਆਦਾ ਕੀ ਹੋਊਗੀ ਇੰਪੀਡੈਂਸ ਹੋਊਗੀ, ਅਤੇ ਜਿੰਨਾ ਆਪਣੇ ਕੋਲ ਜ਼ਿਆਦਾ ਲਾਈਨ ਕਰੰਟ ਹੋਊਗਾ ਉਨੀ ਇੰਪੀਡੈਂਸ ਕੀ ਹੋਊਗੀ, ਘੱਟ ਹੋਊਗੀ ਰਜਿਸਟੈਂਸ, ਇੰਟਰਨਲ ਰਜਿਸਟੈਂਸ ਘੱਟ ਹੋਊਗੀ। ਇਨਵਰਸਲੀ ਪ੍ਰੋਪੋਰਸ਼ਨ ਹੁੰਦੇ ਆ ਇਹ, ਆਪਾਂ ਕਹਿ ਵੀ ਸਕਦੇ ਜ਼ੈਡ ਇਜ਼ ਇਕੁਅਲ ਟੂ 1/i ਹੁੰਦਾ, ਠੀਕ ਆ। ਸੋ ਉਹੀ ਲਿਖਿਆ ਹੋਇਆ, ਦ ਲਾਈਨ ਕਰੰਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦ ਇੰਪੀਡੈਂਸ ਆਫ ਲਾਈਨ। ਸੋ ਦਸ ਦ ਇੰਪੀਡੈਂਸ ਡਿਕਰੀਜ਼ਸ ਬਿਕੋਜ਼ ਆਫ ਵਿੱਚ ਦਾ ਇੰਪੀਡੈਂਸ ਰਿਲੇ ਸਟਾਰਟ ਓਪਰੇਟਿੰਗ। ਸੋ ਜਦੋਂ ਵੀ ਆਪਣੀ ਇੰਪੀਡੈਂਸ ਜਿਹੜੀ ਆ ਡਿਕਰੀਜ਼ ਹੁੰਦੀ, ਇੰਪੀਡੈਂਸ ਕਦੋਂ ਡਿਕਰੀਜ਼ ਹੁੰਦੀ, ਜਦੋਂ ਕਰੰਟ ਇਨਕਰੀਜ਼ ਹੋਣਾ। ਕਰੰਟ ਕਦੋਂ ਇਨਕਰੀਜ਼ ਹੋਣਾ, ਜਦੋਂ ਫੋਲਟ ਆਇਆ, ਠੀਕ ਆ, ਯਾਦ ਰੱਖਿਓ। ਜਦੋਂ ਫੋਲਟ ਆਉਣਾ ਕੀ ਇਨਕਰੀਜ਼ ਹੋਣਾ, ਕਰੰਟ ਇਨਕਰੀਜ਼ ਹੋਣਾ, ਅਤੇ ਜਦੋਂ ਕਰੰਟ ਇਨਕਰੀਜ਼ ਹੋਇਆ ਇੰਪੀਡੈਂਸ ਡਿਕਰੀਜ਼ ਹੋਣੀ, ਜਦੋਂ ਇੰਪੀਡੈਂਸ ਡਿਕਰੀਜ਼ ਹੋਈ ਉਦੋਂ ਰਿਲੇ ਜਿਹੜੀ ਹੈ ਓਪਰੇਟ ਕਰ ਜਾਣੀ। ਸੋ ਆ ਜਿਹੜੀ ਫਿਗਰ ਆਪਣੇ ਕੋਲ ਥੱਲੇ ਹੈਗੀ, ਇਹਦੇ ਵਿੱਚ ਬੜਾ ਈਜ਼ੀਲੀ ਇੰਪੀਡੈਂਸ ਰਿਲੇ ਦੀ ਜਿਹੜੀ ਵਰਕਿੰਗ ਆ ਉਹਨੂੰ ਆਪਾਂ ਸਮਝਾਇਆ ਅਤੇ ਸਮਝਣਾ ਵੀ ਹੈਗਾ ਅੱਗੇ ਵਰਕਿੰਗ ਦੇ ਵਿੱਚ ਆਪਾਂ ਸਮਝਦੇ ਹਾਂ ਵੀ ਕਿੱਦਾਂ ਕੰਮ ਕਰਦੀ ਹੈ। ਸੋ ਦਾ ਪੋਟੈਂਸ਼ੀਅਲ ਟ੍ਰਾਂਸਫਾਰਮ ਸਪਲਾਈ ਦਾ ਵੋਲਟੇਜ ਟੂ ਦਾ ਟ੍ਰਾਂਸਮਿਸ਼ਨ ਲਾਈਨ ਐਂਡ ਦਾ ਕਰੰਟ ਫਲੋਸ ਬਿਕੋਜ਼ ਆਫ ਦਾ ਕਰੰਟ ਟ੍ਰਾਂਸਫਰ, ਜਾਂ ਇੱਕ ਜਿਹੜੀ ਵੋਲਟੇਜ ਆ ਉਹ ਆਪਾਂ ਪੀ ਟੀ ਦੇ ਥਰੂ ਔਰ ਜਾਂਦੀ ਆ, ਅਤੇ ਕਰੰਟ ਕਿਹਦੇ ਥਰੂ ਜਾਂਦਾ, ਸੀ ਟੀ ਥਰੂ ਜਾਂਦਾ। ਅਤੇ ਸੀ ਟੀ ਟ੍ਰਾਂਸਫਾਰਮਰ ਕਿਹੜਾ ਹੁੰਦਾ, ਸੀਰੀਜ਼ 'ਚ ਕਨੈਕਟ ਆ, ਦੇਖੋ ਸੀ ਟੀ ਸੀਰੀਜ਼ 'ਚ ਕਨੈਕਟ ਆ, ਅਤੇ ਪੀ ਟੀ ਕਿਹ 'ਚ ਕਨੈਕਟ ਆ, ਪੈਰਲ ਦੇ ਵਿੱਚ ਕਨੈਕਟ ਆ। ਹੁਣ ਜੇ ਮੈਂ ਨੋਰਮਲ ਕੰਡੀਸ਼ਨ ਦੀ ਗੱਲ ਕਰਾਂ, ਨੋਰਮਲ ਕੰਡੀਸ਼ਨ 'ਚ ਤੁਹਾਨੂੰ ਪਤਾ ਕਿ ਜਿਹੜੀ ਵੋਲਟੇਜ ਹੁੰਦੀ ਆ ਉਹ ਜ਼ਿਆਦਾ ਹੁੰਦੀ ਹੈ, ਕਰੰਟ ਘੱਟ ਹੁੰਦਾ। ਸੋ ਵੋਲਟੇਜ ਜ਼ਿਆਦਾ ਹੋਣ ਕਰਕੇ ਜਿਹੜਾ ਪੀ ਟੀ ਹੋਣਾ ਨਾ, ਇਹਨੇ ਪਾਵਰਫੁਲ ਹੋਣਾ, ਕਿਉਂਕਿ ਪੀ ਟੀ ਪੈਰਲ 'ਚ ਕਨੈਕਟ ਹੁੰਦਾ ਨਾ, ਪੀ ਟੀ ਪੋਟੈਂਸ਼ੀਅਲ ਟ੍ਰਾਂਸਫਾਰਮਰ ਆ, ਇਹ ਪੈਰਲ 'ਚ ਕਨੈਕਟ
ਯਾਨੀ ਕਿ ਇਹ ਜਿਹੜਾ ਇਹ ਕੋਰ ਮੈਗਨੇਟ ਜ਼ਿਆਦਾ ਬਣਾਊਗੀ, ਜਿਹਦੇ ਕਰਕੇ ਜਿਹੜਾ ਬੀਮ ਆ ਇੱਧਰਲੇ ਪਾਸੇ ਨੂੰ ਕੀ ਹੋਣਾ, ਝੁਕਿਆ ਹੋਣਾ, ਯਾਨੀ ਕਿ ਇਹਦੇ ਨਾਲ ਜੁੜਿਆ ਹੋਣਾ। ਸੋ ਜਦੋਂ ਤੱਕ ਇਹਦੇ ਨਾਲ ਜੁੜਿਆ ਕੰਟੈਕਟ ਜਿਹੜੇ ਆ ਦੂਰ ਰਹਿਣਗੇ, ਠੀਕ ਆ। ਬਟ ਹੁਣ ਜਦੋਂ ਵੀ ਮੇਰੇ ਕੋਲ ਨੋਰਮਲ ਕੰਡੀਸ਼ਨ ਆਈ ਗਿਆ ਜਾਂ ਕੋਈ ਵੀ ਫਾਲਟ ਆ ਗਿਆ, ਹੁਣ ਜਦੋਂ ਫਾਲਟ ਆਇਆ ਤੁਹਾਨੂੰ ਦੱਸਿਆ ਕਿ ਜਦੋਂ ਵੀ ਫਾਲਟ ਆਉਂਦਾ ਕਰੰਟ ਦੀ ਵੈਲਿਊ ਕਿੱਦੀ ਇਨਕਰੀਜ਼ ਹੋ ਜਾਂਦੀ ਹੈ ਅਤੇ ਵੋਲਟੇਜ ਜਿਹੜੀ ਹੁੰਦੀ ਉਹ ਘੱਟ ਜਾਂਦੀ। ਸੋ ਉਹੀ ਹੋਣਾ, ਸੋ ਵੈਨ ਫਾਲਟ ਅਕਰਸ ਦਾ ਵੋਲਟੇਜ ਅਕਰੋਸ ਪੋਟੈਂਸ਼ੀਅਲ ਕੋਇਲ ਡਿਕਰੀਜ਼ਸ ਦਾ ਕਰੰਟ ਥਰੂ ਕਰੰਟ ਕੋਇਲ ਇਨਕਰੀਜ਼ਸ, ਸੋ ਦਾ ਰੇਸ਼ੋ ਆਫ ਵੀ ਟੂ ਆਈ ਫਾਲਸ ਬਿਲੋ ਦਾ ਪ੍ਰੀ ਡਿਟਰਮਾਈਨ ਵੈਲਿਊ, ਯਾਨੀ ਕਿ ਕਰੰਟ ਦੀ ਵੈਲਿਊ ਵੱਧ ਜਾਣੀ ਆ, ਕਰੰਟ ਦੀ ਵੈਲਿਊ ਵੱਧ ਕੀਤਾ ਜਿਹੜੀ ਇੰਪੀਡੈਂਸ ਹੁੰਦੀ ਆ ਉਹ ਵੀ ਕੀ ਹੋਣੀ ਆ, ਡਾਊਨ ਚਲ ਜਾਣੀ ਆ, ਕਿਉਂਕਿ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੇ ਆ। ਇਹਦੇ ਕਰਕੇ ਕੀ ਹੋਣਾ, ਜਦੋਂ ਕਰੰਟ ਦੀ ਵੈਲਿਊ ਵਧੀ ਜਿਹੜਾ ਕਰੰਟ ਕੋਇਲ ਆ ਇਹਦੇ ਵਿੱਚ ਕੀ ਹੋਣਾ, EMF ਇੰਡਿਊਸ ਜ਼ਿਆਦਾ ਹੋ ਜਾਣੀ ਆ, ਠੀਕ ਹੈ। ਇਹਦੇ ਵਿੱਚ ਜਿਹੜਾ ਮੈਗਨੇਟ ਬਣਨਾ ਉਹ ਸਟਰੋਂਗ ਹੋ ਜਾਣਾ ਆ ਐਜ਼ ਕੰਪੇਅਰ ਟੂ PT ਵਾਲੇ ਮੈਗਨੇਟ 'ਚ, ਠੀਕ ਆ। ਯਾਨੀ ਕਿ ਕਰੰਟ ਕੋਇਲ ਦੇ ਵਿੱਚ ਜਿਹੜਾ ਮੈਗਨੈਟਿਕ ਫੀਲਡ ਆ ਉਹ ਸਟਰੋਂਗ ਹੋ ਜਾਣਾ ਆ PT ਦੇ ਨਾਲ, ਕਿਉਂਕਿ ਵੋਲਟੇਜ ਜ਼ੀਰੋ ਹੋ ਗਈ ਨਾ, ਵੋਲਟੇਜ ਘੱਟ ਗਈ ਆ, ਜ਼ੀਰੋ ਨਹੀਂ ਹੋਈ ਘੱਟ ਗਈ ਆ, ਬਟ ਕਰੰਟ ਵੱਧ ਗਿਆ, ਇਸ ਕਰਕੇ ਜਿਹੜਾ ਕਰੰਟ ਕੋਇਲ ਦਾ ਪੁੱਲ ਹੋਣਾ ਉਹ ਜ਼ਿਆਦਾ ਹੋ ਜਾਣਾ। ਸੋ ਜਦੋਂ ਕਰੰਟ ਕੋਇਲ ਦਾ ਪੁੱਲ ਜ਼ਿਆਦਾ ਹੋਇਆ ਤਾਂ ਜਿਹੜਾ ਬੀਮ ਹੋਣਾ ਇਹਨੇ ਕੀ ਹੋਣਾ, ਟਿਲਡ ਹੋ ਜਾਣਾ ਆ ਸੀਟੀ ਵਾਲੀ ਸਾਈਡ ਨੂੰ, ਯਾਨੀ ਕਿ ਇਹਨੇ ਕੀ ਹੋਣਾ ਜੁੜ ਜਾਣਾ ਆ ਕੇ ਸੀਟੀ ਵਾਲੀ ਸਾਈਡ ਦੇ ਨਾਲ, ਠੀਕ ਆ। ਸੋ ਜਦੋਂ ਇਹ ਸੀਟੀ ਵਾਲੀ ਸਾਈਡ ਨਾਲ ਆ ਕੇ ਅਟਰੈਕਟ ਹੋਇਆ, ਸੀਟੀ ਵੱਲ ਨੂੰ ਅਟਰੈਕਟ ਹੋਇਆ ਤਾਂ ਇਹਨੇ ਕੀ ਹੋਣਾ, ਇਹਨੇ ਡਾਊਨ ਪੁੱਲ ਹੋਣਾ ਅਤੇ ਇਹ ਜਿਹੜੇ ਕੰਟੈਕਟ ਆ ਇਹਨਾਂ ਨੇ ਅੱਗੇ ਕੀ ਕਰਨਾ, ਟ੍ਰਿਪ ਸਰਕਟ ਨੂੰ ਸਿਗਨਲ ਭੇਜ ਦੇਣਾ, ਯਾਨੀ ਕਿ ਇਹ ਦੋਨੋਂ ਕੰਟੈਕਟ ਕੀ ਹੋਣੇ ਆਪਸ 'ਚ ਜੁੜ ਜਾਣੇ ਆ, ਠੀਕ ਆ। ਸੋ ਇਹਦੀ ਸਿੰਪਲ ਜੀ ਇੱਕ ਵਰਕਿੰਗ ਆ ਕਿ ਜਦੋਂ ਨੋਰਮਲ ਕੰਡੀਸ਼ਨ ਉਦੋਂ ਵੋਲਟੇਜ ਜ਼ਿਆਦਾ, ਇਸ ਕਰਕੇ PT ਪੋਟੈਂਸ਼ੀਅਲ ਕੋਇਲ ਦਾ ਪੁੱਲ ਜ਼ਿਆਦਾ ਹੋਣਾ ਅਤੇ ਬੀਮ ਪਿੱਛੇ ਨੂੰ ਹੋਣਾ, ਠੀਕ ਆ, ਇੱਧਰਲੇ ਪਾਸੇ ਨੂੰ ਝੁਕਿਆ ਹੋਣਾ। ਬਟ ਜਦੋਂ ਨੋਰਮਲ ਕੰਡੀਸ਼ਨ ਆਈ, ਕਰੰਟ ਦੀ ਵੈਲਿਊ ਵੱਧ ਗਈ, ਵੋਲਟੇਜ ਦੀ ਵੈਲਿਊ ਬਹੁਤ ਜ਼ਿਆਦਾ ਘੱਟ ਗਈ, ਅਤੇ ਇੰਪੀਡੈਂਸ ਜਿਹੜੀ ਆ ਉਹ ਵੀ ਕੀ ਹੋਇਆ, ਡਾਊਨ ਚਲੀ ਗਈ ਕਰੰਟ ਦੇ ਵਧਣਾ, ਕਿਉਂਕਿ ਇਨਵਰਸਲੀ ਪ੍ਰੋਪੋਰਸ਼ਨਲ ਉਹਦੇ ਕਰਕੇ ਕੀ ਹੋਣਾ, ਸੀਟੀ ਦਾ ਜਿਹੜਾ ਪੁੱਲ ਹੋਣਾ ਉਹ ਜ਼ਿਆਦਾ ਹੋ ਜਾਣਾ ਅਤੇ ਟ੍ਰਿਪ ਸਰਕਟ ਜਿਹੜਾ ਆਪਸ ਦੇ ਵਿੱਚ ਜੁੜ ਜਾਣਾ, ਠੀਕ ਆ। ਸੋ ਇਹੀ ਇਹਦੀ ਇੱਕ ਸਿੰਪਲ ਜੀ ਵਰਕਿੰਗ ਆ, ਜਿਹੜਾ ਮੇਰੇ ਕੋਲ ਆਪਣੀ ਡਿਸਟੈਂਸ ਰਿਲੇ, ਡਿਸਟੈਂਸ ਟਾਈਪ ਇੰਪੀਡੈਂਸ ਰਿਲੇ ਹੁੰਦੀ ਹੈ ਜੀ। ਹੁਣ ਕੰਡੀਸ਼ਨਾਂ ਦੋ ਇੱਥੇ ਆ ਦੇਖੋ ਆ ਜਾਂਦੀਆਂ, ਇਹਦੇ ਵਿੱਚ ਕੀ ਹੈ, ਇੱਕ ਤਾਂ ਹੈਗਾ ਇੱਕ ਪਰਟੀਕੁਲਰ ਸੈਕਸ਼ਨ ਦੇ ਵਿੱਚ, ਜਦੋਂ ਉਹ ਸੈਕਸ਼ਨ ਤੋਂ ਬਾਹਰ ਹੋ ਗਈ, ਠੀਕ ਆ, ਉਦੋਂ ਆਪਾਂ ਨੂੰ ਇੰਪੀਡੈਂਸ ਰੇਂਜ ਨੇ ਜਿਹੜੀ ਆ ਸਿਗਨਲ ਜਿਹੜੀ ਰੇਟਿੰਗ ਦੇਣੀ ਇੰਪੀਡੈਂਸ ਦੀ, ਉਹ ਜ਼ੈੱਡ ਤੋਂ ਜ਼ਿਆਦਾ ਹੋਊਗੀ, ਠੀਕ ਆ। ਅਤੇ ਜਦੋਂ ਇੱਕ ਪਰਟੀਕੁਲਰ ਏਰੀਏ ਦੇ ਵਿੱਚ ਫਾਲਟ ਆਇਆ ਮੇਰੇ ਕੋਲ, ਉਦੋਂ ਜਿਹੜੀ ਇੰਪੀਡੈਂਸ ਹੋਊਗੀ ਉਹ ZF ਹੋਊਗੀ ਇੰਪੀਡੈਂਸ, ਠੀਕ ਆ। ਸੋ ਉਹ ਇੰਪੀਡੈਂਸ ਤੋਂ ਹੀ ਆਪਾਂ ਆਈਡੀਆ ਵੀ ਲਗਾ ਸਕਦੇ ਹਾਂ ਕਿ ਜਿਹੜਾ ਮੇਰਾ ਫਾਲਟ ਹੋਊਗਾ ਉਹ ਕਿਸ ਲੈਂਥ ਦੇ ਉੱਪਰ, ਆਪਾਂ ਨੂੰ ਲੈਂਥ ਵੀ ਪਤਾ ਲੱਗ ਜੂਗੀ, ਜੇ ਤਾਂ ZF ਵੈਲਿਊ ਆ ਉਹਦੀ ਮੰਨ ਲਓ, ਠੀਕ ਆ, ਦੈਨ ਕਿ ਜ਼ੈੱਡ ਤੋਂ ਘੱਟ ਵੈਲਿਊ ਆ, ਤਾਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਫਾਲਟ ਏ ਸੈਕਸ਼ਨ ਅਤੇ ਬੀ ਸੈਕਸ਼ਨ ਦੇ ਵਿੱਚ ਆ। ਅਤੇ ਜਦੋਂ ਜ਼ੈੱਡ ਤੋਂ ਵੱਧ ਗਈ ਵੈਲਿਊ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਜਿਹੜਾ ਫਾਲਟ ਆ ਉਹ ਬੀ ਸੈਕਸ਼ਨ ਤੋਂ ਅੱਗੇ ਆ, ਠੀਕ ਆ। ਸੋ ਇੱਦਾਂ ਆਪਾਂ ਕੀ ਆ, ਫਾਲਟ ਜਿਹੜਾ ਉਹਨੂੰ ਲੋਕੇਟ ਕਰ ਸਕਦੇ। ਸੋ ਇਹ ਆਪਣੀ ਡਿਸਟੈਂਸ ਟਾਈਪ ਇੰਪੀਡੈਂਸ ਰੇਲੇ ਸੀਗੀ ਜਿਹਦੀ ਆਪਾਂ ਵਰਕਿੰਗ ਪੜ੍ਹੀ ਹੋਈ ਆ। ਕੰਸਟਰਕਸ਼ਨ ਵੀ ਸਿੰਪਲ ਹੀ ਆ, ਇਹਦੀ ਬਹੁਤ ਸਿੰਪਲ ਕੰਸਟਰਕਸ਼ਨ ਆ ਅਤੇ ਬਹੁਤ ਸਿੰਪਲ ਹੀ ਵਰਕਿੰਗ ਆ। ਨੈਕਸਟ ਮੇਰੇ ਕੋਲ ਆ ਜਾਂਦਾ ਹੈ ਡਿਫਰੈਂਸ਼ੀਅਲ ਰਿਲੇ, ਠੀਕ ਆ। ਹੁਣ ਡਿਫਰੈਂਸ਼ੀਅਲ ਦਾ ਕੀ ਮਤਲਬ, ਡਿਫਰੈਂਟ ਡਿਫਰੈਂਸ ਕੱਢਣਾ, ਠੀਕ ਆ। ਸੋ ਦੋ ਚੀਜ਼ਾਂ, ਦੋ ਕਰੰਟ ਦੇ ਵਿੱਚ ਡਿਫਰੈਂਸ ਕੱਢ ਕੇ ਜਿਹੜੀ ਆਪਾਂ ਰਿਲੇ ਆਪਣੇ ਕੋਲ ਆਉਂਦੀ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਡਿਫਰੈਂਸ਼ੀਅਲ ਰਿਲੇ ਆ, ਠੀਕ ਹੈ। ਸੋ ਆ ਰਿਲੇ ਦੈਟ ਓਪਰੇਟਸ ਵੈਨ ਦਾ ਵੈਕਟਰ ਡਿਫਰੈਂਸ ਆਫ ਟੂ ਔਰ ਸਿਮਿਲਰ ਕੁਆਂਟਿਟੀਸ ਐਕਸੀਡ ਆ ਪ੍ਰੀ ਡਿਟਰਮਾਈਨ, ਯਾਨੀ ਕਿ ਉਹ ਰਿਲੇ ਜਿਹੜੀ ਕਦੋਂ ਓਪਰੇਟ ਕਰੇ, ਜਦੋਂ ਦੋ ਕੁਆਂਟਿਟੀਜ਼ ਦਾ ਵੈਕਟਰ ਡਿਫਰੈਂਸ ਜਿਹੜਾ ਆ ਉਹ ਕੀ ਹੋ ਜਾਵੇ, ਪ੍ਰੀ ਡਿਟਰਮਾਈਨ ਵੈਲਿਊ ਤੋਂ ਵੱਧ ਜਾਵੇ, ਉਹਨੂੰ ਆਪਾਂ ਰਿਲੇ ਨੂੰ ਕੀ ਕਹਿੰਦੇ ਆ, ਡਿਫਰੈਂਸ਼ੀਅਲ ਰਿਲੇ ਕਹਿੰਦੇ ਆ। ਸੋ ਇਹ ਕੀ ਹੈ, ਕੰਪੈਰੀਜ਼ਨ ਦੇ ਪ੍ਰਿੰਸੀਪਲ ਦੇ ਉੱਪਰ ਕੰਮ ਕਰਦੀ ਹੈ, ਕੀ ਕੰਪੇਅਰ ਕਰਦੀ ਹੈ, ਫੇਸ ਐਂਗਲ ਅਤੇ ਮੈਗਨੀਚਿਊਡ, ਦੋ ਇਲੈਕਟ੍ਰੀਕਲ ਕੁਆਂਟਿਟੀ ਦਾ। ਹੁਣ ਉਹ ਇਲੈਕਟ੍ਰੀਕਲ ਕੁਆਂਟਿਟੀ ਵੋਲਟੇਜ ਵੀ ਹੋ ਸਕਦੀ ਹੈ, ਕਰੰਟ ਵੀ ਹੋ ਸਕਦੀ, ਠੀਕ ਆ, ਕਿਉਂਕਿ ਆਪਣੇ ਕੋਲ ਮੇਨ ਕਰੰਟ ਅਤੇ ਵੋਲਟੇਜ ਹੁੰਦੇ ਆ ਨਾ। ਸੋ ਵੋਲਟੇਜ ਅਤੇ ਕਰੰਟ ਦੋਨਾਂ ਦਾ ਫੇਸ ਐਂਗਲ ਜਾਂ ਮੈਗਨੀਚਿਊਡ ਜਿਹੜਾ ਹੋਊਗਾ, ਜਦੋਂ ਡਿਫਰੈਂਸ ਡਿਫਰੈਂਟ ਹੋਊਗਾ ਉਦੋਂ ਜਿਹੜੀ ਰਿਲੇ ਆ ਇਹ ਕੰਮ ਕਰਦੀ ਹੈ। ਸੋ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਲਈ ਇਹ ਵੀ ਕੰਸੀਡਰ ਕਰਦੇ ਹਾਂ ਆਪਾਂ, ਉਹਦਾ ਕੰਪੈਰੀਜ਼ਨ ਆਫ ਇਨਪੁੱਟ ਐਂਡ ਆਊਟਪੁੱਟ ਕਰੰਟ ਆਫ ਟਰਾਂਸਮਿਸ਼ਨ ਲਾਈਨ, ਯਾਨੀ ਕਿ ਟਰਾਂਸਮਿਸ਼ਨ ਲਾਈਨ ਦੇ ਇਨਪੁੱਟ ਆਊਟਪੁੱਟ ਕਰੰਟ ਦੀ ਆਪਾਂ ਕੰਪੈਰੀਜ਼ਨ ਕਰਦੇ ਹਾਂ। ਸੋ ਇਫ ਦਾ ਮੈਗਨੀਟਿਊਡ ਆਫ ਇਨਪੁੱਟ ਕਰੰਟ ਆਫ ਦਾ ਟਰਾਂਸਮਿਸ਼ਨ ਲਾਈਨ ਇਜ਼ ਮੋਰ ਦੈਨ ਦਾ ਆਊਟਪੁੱਟ ਕਰੰਟ, ਇਟ ਮੀਨਸ ਅਡੀਸ਼ਨਲ ਕਰੰਟ ਫਲੋਸ ਥਰੂ ਇਟ ਆਫ ਦਾ ਫਾਲਟ, ਯਾਨੀ ਕਿ ਉਹ ਕੀ ਕਹਿ ਰਿਹਾ, ਜਦੋਂ ਇਨਪੁੱਟ ਕਰੰਟ ਦਾ ਮੈਗਨੀਟਿਊਡ ਜਿਹੜਾ ਆ ਆਊਟਪੁੱਟ ਨਾਲ ਜ਼ਿਆਦਾ, ਇਟ ਮੀਨਸ ਕਿ ਸੈਂਟਰ ਦੇ ਵਿੱਚ ਲਾਈਨ 'ਚ ਕਿਤੇ ਕੀ ਆ ਗਿਆ, ਫਾਲਟ ਆ ਗਿਆ ਕਿ ਇਨਪੁੱਟ 'ਚ ਜ਼ਿਆਦਾ ਕਰੰਟ ਜਾ ਰਿਹਾ ਬਟ ਆਊਟਪੁੱਟ 'ਤੇ ਉਨਾ ਕਰੰਟ ਨਹੀਂ ਆ ਰਿਹਾ। ਸੋ ਕੀ ਹੋਇਆ, ਡਿਫਰੈਂਸ ਹੋ ਗਿਆ। ਸੋ ਉਹ ਜਿਹੜਾ ਡਿਫਰੈਂਸ ਆ ਉਹਨੇ ਕੀ ਕਰਨਾ, ਜਿਹੜੀ ਰਿਲੇ ਆ ਇਹਨੂੰ ਓਪਰੇਟ ਕਰਵਾ ਦੇਣਾ, ਠੀਕ ਆ। ਸੋ ਦਾ ਡਿਫਰੈਂਸ਼ੀਅਲ ਰਿਲੇ ਇਜ਼ ਯੂਜ਼ ਫੋਰ ਦਾ ਪ੍ਰੋਟੈਕਸ਼ਨ ਆਫ ਜਨਰੇਟਰ, ਟ੍ਰਾਂਸਫਾਰਮਰ, ਫੀਡਰ, ਲਾਰਜ ਮੋਟਰ, ਬਸਪਰ, ਐਕਸੈਟਰਾ। ਸੋ ਇਹ ਜਿਹੜੀ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਦੀ ਕਾਫੀ ਜਗ੍ਹਾ ਤੇ ਆਪਾਂ ਯੂਜ਼ ਕਰਦੇ ਆ, ਟ੍ਰਾਂਸਫਾਰਮਰ ਤੇ ਵੀ ਯੂਜ਼ ਕਰ ਸਕਦੇ ਆ, ਜਨਰੇਟਰ ਤੇ ਵੀ ਯੂਜ਼ ਕਰ ਸਕਦੇ ਆ, ਫੀਡਰਸ ਤੇ ਵੀ ਯੂਜ਼ ਕਰ ਸਕਦੇ ਆ, ਮੋਟਰ ਜਾਂ ਬਸਪਰ ਕਿਸੇ ਵੀ ਤਰ੍ਹਾਂ ਦੇ ਵੀ ਆਪਾਂ ਯੂਜ਼ ਕਰਦੇ ਆ। ਵਰਕਿੰਗ ਪ੍ਰਿੰਸੀਪਲ ਸੇਮ ਹੁੰਦਾ, ਮੰਨ ਲਓ ਆਪਾਂ ਇਹਨੂੰ ਟ੍ਰਾਂਸਮਿਸ਼ਨ ਲਾਈਨ 'ਤੇ ਲਗਾਇਆ ਹੋਇਆ। ਸੋ ਟ੍ਰਾਂਸਮਿਸ਼ਨ ਲਾਈਨ 'ਤੇ ਕੀ ਹੋਇਆ, ਇਨਪੁੱਟ ਦੇ ਉੱਪਰ ਆਪਾਂ ਕੋਈ ਵੋਲਟੇਜ ਟ੍ਰਾਂਸਫਰ ਕੀਤੀ ਹੈ ਜਾਂ ਕਰੰਟ ਟ੍ਰਾਂਸਫਰ ਹੋਇਆ। ਨੋਰਮਲ ਕੰਡੀਸ਼ਨ 'ਚ
ਟੈਸਟ ਹੋ ਰਿਹਾ। ਸੋ ਉਸ ਟਾਈਮ ਤੇ ਕੀ ਆਣਾ, ਇਨਪੁਟ ਆਊਟਪੁੱਟ ਦੇ ਕਰੰਟ 'ਚ ਡਿਫਰੈਂਸ ਆ ਗਿਆ। ਸੋ ਜਦੋਂ ਡਿਫਰੈਂਸ ਆ ਗਿਆ ਇਨਪੁੱਟ ਆਊਟਪੁੱਟ ਦੇ ਕਰੰਟ ਦੇ ਵਿੱਚ, ਤਾਂ ਜਿਹੜੀ ਦੋਨਾਂ ਦੇ ਕਰੰਟ ਦੇ ਡਿਫਰੈਂਸ ਕਰਕੇ ਕੀ ਆ, ਰਿਲੇ ਨੇ ਜਿਹੜਾ ਇਹਨੇ ਓਪਰੇਟ ਹੋਣਾ। ਸੋ ਇਹੀ ਡਿਫਰੈਂਸ਼ੀਅਲ ਰਿਲੇ ਦਾ ਕੰਮ ਹੁੰਦਾ। ਸੋ ਦੋ ਤਰ੍ਹਾਂ ਦੀ ਹੁੰਦੀ ਹੈ ਇਹ, ਕਰੰਟ ਬੈਲੈਂਸ ਡਿਫਰੈਂਸ਼ੀਅਲ ਰਿਲੇ ਅਤੇ ਵੋਲਟੇਜ ਬੈਲੈਂਸ ਡਿਫਰੈਂਸ਼ੀਅਲ ਰਿਲੇ। ਸੋ ਦੋਨਾਂ ਦੇ ਡਾਇਗ੍ਰਾਮ ਸ਼ੋਅ ਕੀਤੇ ਹੋਏ ਆ। ਦੇਖੋ ਇਹ ਵੋਲਟੇਜ ਬੈਲੈਂਸ ਡਿਫਰੈਂਸ਼ੀਅਲ ਰਿਲੇ ਆ, ਜਿਹਦੇ ਵਿੱਚ ਆਪਾਂ ਵੋਲਟੇਜ ਨੂੰ ਕੰਪੇਅਰ ਕਰਦੇ ਹਾਂ ਇਨਪੁੱਟ ਅਤੇ ਆਊਟਪੁੱਟ ਦੀ। ਜਦੋਂ ਵੋਲਟੇਜ ਦਾ, ਕਿਉਂਕਿ ਦੇਖੋ ਜਦੋਂ ਵੀ ਆਪਣੇ ਕੋਲ ਕੋਈ ਫਾਲਟ ਮੰਨ ਲਓ ਆਉਂਦਾ ਆ, ਤਾਂ ਵੋਲਟੇਜ ਜਿਹੜੀ ਹੁੰਦੀ ਆ ਉਹ ਡਾਊਨ ਚਲ ਜਾਂਦੀ ਆ। ਠੀਕ ਆ, ਨੋਰਮਲ ਆਪਾਂ ਲਾਸਟ ਟਾਈਮ ਆ ਇਹਦੇ ਵਿੱਚ ਵੀ ਡਿਸਟੈਂਸ ਰਿਲੇ ਦੇ ਵਿੱਚ ਹੀ ਆਪਾਂ ਇਹੀ ਸਟੱਡੀ ਕੀਤਾ ਸੀ ਕਿ ਨੋਰਮਲੀ ਵੋਲਟੇਜ ਜਿਹੜੀ ਹੁੰਦੀ ਆ ਉਹ ਲਾਈਨ ਵੋਲਟੇਜ ਜਿਹੜੀ ਹੁੰਦੀ ਆ ਕਰੰਟ ਨਾਲੋਂ ਜ਼ਿਆਦਾ ਹੁੰਦੀ ਆ, ਬਟ ਜਦੋਂ ਫਾਲਟ ਆਉਂਦਾ ਜਿਹੜਾ ਕਰੰਟ ਹੁੰਦਾ ਉਹ ਵੱਧ ਜਾਂਦਾ ਅਤੇ ਵੋਲਟੇਜ ਘੱਟ ਜਾਂਦੀ ਆ। ਸੋ ਇਹ ਉਹਦਾ ਡਿਫਰੈਂਸ ਵੀ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਬੈਲੈਂਸ ਵੋਲਟੇਜ ਡਿਫਰੈਂਸ਼ੀਅਲ ਰੇ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਆਪਣੇ ਕੋਲ ਆਊਟਪੁੱਟ ਦੇ ਉੱਪਰ ਵੋਲਟੇਜ ਜਿਹੜੀ ਆ ਵੈਸੇ ਤਾਂ ਨੋਰਮਲ ਕੰਡੀਸ਼ਨ 'ਚ ਵੋਲਟੇਜ ਸੇਮ ਹੋਣੀ, ਬਟ ਜਦੋਂ ਫਾਲਟ ਆਇਆ ਮੇਰੇ ਕੋਲ ਕੋਈ ਤਾਂ ਵੋਲਟੇਜ ਡਰੋਪ ਕਰ ਜਾਣੀ ਇੱਕ ਜਮ, ਜਿਹਦੇ ਕਰਕੇ ਕੀ ਹੋਣਾ ਰਿਲੇ 1 ਅਤੇ 2 ਦੋਨਾਂ ਦੇ ਵਿੱਚ ਡਿਫਰੈਂਸ ਆ ਜਾਣਾ। ਤਾਂ ਉਹ ਡਿਫਰੈਂਸ ਕਰਕੇ ਕੀ ਆ, ਮੇਰੇ ਕੋਲ ਰਿਲੇ ਅੱਗੇ ਜਿਹੜੀ ਆ ਰਿਲੇ 1 ਜਿਹੜੀ ਆ ਇੱਥੇ ਓਪਰੇਟ ਕਰ ਜਾਣੀ ਆ। ਓਕੇ, ਜੇ ਮੰਨ ਲਓ ਅੱਗੇ ਡਿਫਰੈਂਸ ਆਇਆ ਤਾਂ ਰਿਲੇ 2 ਜਿਹੜੀ ਆ ਇਹ ਓਪਰੇਟ ਕਰ ਜਾਣੀ ਆ। ਠੀਕ ਹੈ, ਸੋ ਸੈਕਿੰਡ ਜਿਹੜੀ ਮੇਰੇ ਕੋਲ ਆ ਜਾਂਦੀ ਆ ਉਹ ਆ ਜਾਂਦੀ ਆ ਕਰੰਟ ਰਿਲੇ ਜਿਹੜੀ ਆ, ਕਰੰਟ ਬੈਲੈਂਸ ਡਿਫਰੈਂਸ਼ੀਅਲ ਰਿਲੇ। ਸੋ ਕਰੰਟ ਬੈਲੈਂਸ ਦਾ ਦੇਖੋ ਇਹਦੇ ਵਿੱਚ ਕੀ ਆ, ਹੁਣ ਇੱਕ ਸੀਟੀ ਆ ਲੱਗਾ, ਇੱਕ ਸੀਟੀ ਇੱਧਰ ਲੱਗਾ ਹੋਇਆ। ਠੀਕ ਆ, ਹੁਣ ਇਹਦੇ ਵਿੱਚ ਕਰੰਟ ਜਿਹੜਾ ਆਈ ਫਲੋ ਕਰ ਰਿਹਾ। ਠੀਕ ਆ, ਜਦੋਂ ਤੱਕ ਕਰੰਟ ਜਿਹੜਾ ਅੰਦਰ ਅਤੇ ਬਾਹਰ ਯਾਨੀ ਕਿ ਵਿਦ ਇਨ ਦਾ ਜ਼ੋਨ ਕੀ ਆ ਸੇਮ ਆ। ਠੀਕ ਆ, ਜੇ ਇਨਪੁੱਟ ਕਰੰਟ ਅਤੇ ਆਊਟਪੁੱਟ ਕਰੰਟ ਦੋਨੋਂ ਸੇਮ ਆ, ਆਹ ਜ਼ੋਨ ਆ ਵਿੱਚ ਜਿਹੜਾ ਵੀ ਆਪਾਂ ਪ੍ਰੋਟੈਕਟ ਕਹਿਣਾ, ਇੱਥੇ ਆਪਾਂ ਕੋਈ ਟਰਾਂਸਫਾਰਮਰ ਵੀ ਲਾ ਸਕਦੇ ਹਾਂ, ਆਲਟਰਨੇਟਰ ਵੀ ਲਾ ਸਕਦੇ ਹਾਂ, ਜਾਂ ਇਹਨੂੰ ਟਰਾਂਸਮਿਸ਼ਨ ਲਾਈਨ ਹੀ ਕੰਸਿਡਰ ਕਰ ਸਕਦੇ ਹਾਂ ਆਪਾਂ। ਸੋ ਇੱਥੇ ਜੇ ਕਰੰਟ ਦੀ ਵੈਲਿਊ ਸੇਮ ਆ ਤਾਂ ਇਸ ਰਿਲੇ 'ਚ ਕੋਈ ਕਰੰਟ ਨਹੀਂ ਫਲੋ ਕਰਨਾ। ਫੋਰ ਐਗਜ਼ਾਮਪਲ ਆ ਦੇਖੋ, ਇੱਥੇ ਵੀ ਆਪਣੇ ਕੋਲ ਉਹੀ ਡਾਇਗ੍ਰਾਮ ਸੇਮ ਬਣਿਆ ਹੋਇਆ, ਇੱਥੇ ਆਪਾਂ ਟਰਾਂਸਮਿਸ਼ਨ ਲਾਈਨ ਲਈ ਸੀ, ਇੱਥੇ ਆਪਾਂ ਆਲਟਰਨੇਟਰ ਦੀ ਵਾਇੰਡਿੰਗ ਲੈ ਲਈ। ਠੀਕ ਆ, ਸੋ 200/1 ਰੇਸ਼ੋ ਦੇ ਟਰਾਂਸਫਾਰਮਰ ਦਾ ਯਾਨੀ ਕਿ 200 ਐਂਪੀਅਰ ਨੂੰ 1 ਐਂਪੀਅਰ ਦੇ ਵਿੱਚ ਕਨਵਰਟ ਕਰੂਗਾ। ਸਟੈਪ ਡਾਊਨ ਸਟੈਪ ਅਪ ਟਰਾਂਸਫਾਰਮਰ ਹੁੰਦਾ ਨਾ, ਜਿਹੜਾ ਸੀਟੀ ਹੁੰਦਾ, ਸੋ ਸਟੈਪ ਅਪ ਕਰਦਾ ਵੋਲਟੇਜ ਨੂੰ, ਕਰੰਟ ਨੂੰ ਉਨਾ ਹੀ ਡਾਊਨ ਕਰ ਦਿੰਦਾ। ਅਤੇ ਸਵਾਲ ਆਪਣੇ ਕੋਲ ਕੀ ਆ, ਮੰਨ ਲਓ ਆਪਣੇ ਕੋਲ ਲੋਡ ਵੱਲ ਨੂੰ ਲਾਈਨ ਜਾ ਰਹੀ ਹੈ, ਇੱਧਰੋਂ ਲਾਈਨ ਸਟਾਰਟ ਹੋਈ ਹੈ ਅਤੇ ਇੱਧਰਲੇ ਪਾਸੇ ਨੂੰ ਜਾ ਰਹੀ ਹੈ। ਸੋ ਅਲਟਰਨੇਟ ਦੀ ਵਾਇੰਡਿੰਗ ਆ ਜਿਹਨੂੰ ਆਪਾਂ ਕੀ ਕੀਤਾ ਇਹਦੇ ਵਿੱਚ ਪ੍ਰੋਟੈਕਟ ਕੀਤਾ ਹੋਇਆ। ਸੋ ਇੱਥੋਂ ਸੀਟੀ ਜਿਹੜਾ ਇਹਦੇ ਵਿੱਚ ਦੇਖੋ ਕਰੰਟ ਜਾ ਰਿਹਾ ਮੇਰੇ ਕੋਲ। ਠੀਕ ਆ, ਆਹ ਕਰੰਟ ਇੱਧਰੋਂ ਇੱਦਾਂ ਗਿਆ, ਠੀਕ ਆ, ਇੱਧਰੋਂ ਕਰੰਟ ਦੀ ਡਾਇਰੈਕਸ਼ਨ ਜਿਹੜੀ ਆ ਉਹ ਆ ਗਈ। ਸੋ ਇੱਧਰੋਂ ਉੱਪਰ ਨੂੰ ਜਾ ਰਿਹਾ ਕਰੰਟ, ਇੱਧਰੋਂ ਥੱਲੇ ਨੂੰ ਆ ਰਿਹਾ, ਦੋਨੋਂ ਕੀ ਆ ਇੱਕ ਦੋਨੋਂ ਜਿਹੜੇ ਕਰੰਟ ਆ ਇਹਨਾਂ ਨੇ ਕੀ ਕਰਨਾ, ਕੋਇਲ ਦੇ ਵਿੱਚ ਇੱਕ ਦੂਜੇ ਨੂੰ ਫੀਲਡ ਨੂੰ ਕੈਂਸਲ ਕਰਨਾ। ਸੋ ਇੱਕ ਦੂਜੇ ਨੂੰ ਕੀ ਆ ਕਾਊਂਟਰ ਬੈਲੈਂਸ ਕਰਨ ਜਾਂ ਨਿਊਟਰਲਾਈਜ਼ ਕਰਨ ਕਰਕੇ ਕੀ ਹੋਣਾ ਆ, ਜਿਹੜਾ ਮੇਰਾ ਓਵਰਆਲ ਕਰੰਟ ਇੰਡਿਊਸ ਹੋਣਾ ਕੋਇਲ ਦੇ ਵਿੱਚ, ਜਾਂ ਓਪਰੇਟਿੰਗ ਕੋਇਲ ਜਿਹੜੀ ਆ ਜਾਂ ਓਪਰੇਟਿੰਗ ਕੋਇਲ ਆਫ ਓਵਰ ਕਰੰਟ ਰਿਲੇ ਆ, ਇਹਦੇ ਵਿੱਚ ਜ਼ੀਰੋ ਕਰੰਟ ਜਿਹੜਾ ਆ ਉਹ ਇੰਡਿਊਸ ਹੋਣਾ। ਬਟ ਮੰਨ ਲਓ ਜੇ ਮੇਰੇ ਕੋਲ ਅਲਟਰਨੇਟਰ ਵਾਇੰਡਿੰਗ ਜਿਹੜੀ ਆ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਫਾਲਟ ਆ ਗਿਆ, ਤਾਂ ਉਸ ਟਾਈਮ 'ਤੇ ਕੀ ਹੋਣਾ ਮੇਰੇ ਕੋਲ, ਮੰਨ ਲਓ ਇੱਥੇ 3 ਐਂਪੀਅਰ ਕਰੰਟ ਆ ਅਤੇ ਇੱਥੇ 5 ਐਂਪੀਅਰ ਕਰੰਟ ਰਹਿ ਜਾਣਾ। ਠੀਕ ਆ, ਸੋ ਇੱਧਰੋਂ ਕੀ ਆ 3 ਐਂਪੀਅਰ ਕਰੰਟ, ਸੋਰੀ, ਇੱਧਰੋਂ 5 ਐਂਪੀਅਰ ਕਰੰਟ ਜਾ ਰਿਹਾ, ਇੱਧਰੋਂ 3 ਐਂਪੀਅਰ ਕਰੰਟ, 2 ਐਂਪੀਅਰ ਦਾ ਡਿਫਰੈਂਸ ਆ ਗਿਆ। ਸੋ 2 ਐਂਪੀਅਰ ਦਾ ਜਿਹੜਾ ਡਿਫਰੈਂਸ ਆਇਆ ਉਹਨੇ ਜਿਹੜੀ ਇਹ ਰਿਲੇ ਆ ਇਹਨੂੰ ਓਪਰੇਟ ਕਰਵਾ ਦੇਣਾ, ਅਤੇ ਅੱਗੇ ਜਿਹੜਾ ਵੀ ਟ੍ਰਿਪਿੰਗ ਸਰਕਿਟ ਹੋਊਗਾ ਉਹ ਬੰਦ ਹੋ ਜਾਣਾ। ਠੀਕ ਆ, ਸੋ ਇੱਦਾਂ ਇਹ ਦੋਨੋਂ ਕੰਮ ਕਰਦੀਆਂ, ਕਰੰਟ ਬੈਲੈਂਸ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਅਤੇ ਵੋਲਟੇਜ ਬੈਲੈਂਸ ਜਾਂ ਬੈਲੈਂਸ ਵੋਲਟੇਜ ਡਿਫਰੈਂਸ਼ੀਅਲ ਪ੍ਰੋਟੈਕਸ਼ਨ। ਬਹੁਤ ਸਿੰਪਲ।